ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਹਾਂ ਹਰਜਿੰਦਰ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਡੋਜ਼ ਟੀਵੀ ਸਵਾਗਤ ਹੈ ਜੀ ਸਾਰਿਆਂ ਦਾ ਖਬਰਾਂ ਦੀ ਸ਼ੁਰੂਆਤ ਕਰਦੇ ਆ ਜੀ ਆਸਟ੍ਰੇਲੀਆ ਦੇ ਵਿੱਚ ਕਰੋਨਾ ਵਾਇਰਸ ਦੀ ਮਹਾਮਾਰੀ ਲਗਾਤਾਰ ਪੈਰ ਪਸਾਰਦੀ ਜਾ ਰਹੀ ਹੈ ਖਾਸ ਕਰਕੇ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੈਲਸ ਦੇ ਵਿੱਚ ਹਰ ਰੋਜ਼ ਰਿਕਾਰਡ ਤੋੜ ਕੇਸ ਜਿਹੜੇ ਹੈਗੇ ਨੇ ਆ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਬਾਤਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਸੀਨੀਅਰ ਜਰਨਲਿਸਟ ਮਿੰਟੂ ਬਰਾੜ ਜੋ ਕਿ ਇਸ ਸਮੇਂ ਐਡੀਲੇਡ ਮੌਜੂਦ ਨੇ ਮਿੰਟੂ ਬਰਾੜ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ ਧੰਨਵਾਦ ਅਰਜਨ ਜੀ ਤੇ ਸਾਰੇ ਇੰਡੋਜ਼ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਾਰੇ ਜਾਣੇ ਚੜ੍ਹਦੀ ਕਲਾ ਚੋਂ ਜੀ ਮਿੰਟੂ ਬਰਾੜ ਜੀ ਆਸਟ੍ਰੇਲੀਆ ਦੇ ਵਿੱਚ ਆਪਾਂ ਰਹਿੰਦੇ ਆ ਪਰ ਨਿਊ ਸਾਊਥ ਵੈਲਸ ਸੂਬਾ ਹਰ ਰੋਜ਼ ਕਰੋਨਾ ਵਾਇਰਸ ਦੀ ਚਪੇਟ ਦੇ ਵਿੱਚ ਆ ਰਿਹਾ ਜੀ ਰਿਕਾਰਡ ਤੋੜ ਕੇਸਸ ਆ ਰਹੇ ਨੇ ਕੱਲ 919 ਅੱਜ ਜਿਹੜਾ ਅੰਕੜਾ 1029 ਤੱਕ ਪਹੁੰਚ ਚੁੱਕਿਆ ਜੀ ਤਿੰਨ ਮੌਤਾਂ ਵੀ ਰਿਕਾਰਡ ਕੀਤੀਆਂ ਗਈਆਂ ਨੇ ਬਿਲਕੁਲ ਜੀ ਕਾਫੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ ਜੀ ਅਸੀਂ ਕੱਲਾ ਇਹਨੂੰ ਜੇ ਤਾਂ ਸੂਬਿਆਂ ਦੇ ਧਾਰ ਤੇ ਵੰਡ ਕੇ ਦੇਖਦੇ ਹਾਂ ਤਾਂ ਸ਼ਾਇਦ ਕਈ ਵਾਰੀ ਐਂ ਲੱਗਦਾ ਵੀ ਅਸੀਂ ਸੌਖੇ ਹਾਂ ਸਾਊਥ ਆਸਟ੍ਰੇਲੀਆ ਚ ਤੁਸੀਂ ਕੁਈਨਜ਼ਲੈਂਡ ਸੌਖੇ ਹੋ ਪਰ ਇਦਾਂ ਗੱਲ ਨਹੀਂ ਜਦੋਂ ਤੁਸੀਂ ਮੁਲਕ ਦੇ ਆਧਾਰ ਤੇ ਦੇਖਦੇ ਹੋ ਤੇ ਇਹ ਜਦੋਂ ਵੀ ਕਿਤੇ ਅੱਗ ਮੱਚਦੀ ਹੈ ਸੇਕ ਸਾਰੇ ਕਿਤੇ ਲੱਗਦਾ ਕਿਸੇ ਨੂੰ ਚਾਹ ਮਨਾਉਣ ਦੀ ਲੋੜ ਨਹੀਂ ਵੀ ਸਾਡਾ ਸੂਬਾ ਸੇਫ ਆ ਜੀ ਸੂਬਾ ਸੇਫ ਤਾਂ ਹੀ ਹੈ ਜੇ ਮੁਲਕ ਸੇਫ ਆ ਜੇ ਮੁਲਕ ਸੇਫ ਆ ਤਾਂ ਹੀ ਸਾਰਾ ਕੁਝ ਜਿਹੜਾ ਉੱਥੋਂ ਦਾ ਨਾਗਰਿਕ ਸੇਫ ਆ ਹਰ ਬਿਜ਼ਨਸ ਦੇ ਉੱਤੇ ਹਰ ਥਾਂ ਦੇ ਉੱਤੇ ਜਿਹੜਾ ਇਫੈਕਟ ਆ ਉਹ ਕਿਸੇ ਨਾ ਕਿਸੇ ਰੂਪ ਚ ਆਉਂਦਾ ਕਿਉਂਕਿ ਇਹ ਮੁਲਕ ਆ ਚੇਨ ਹੁੰਦੇ ਆ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਕੜੀਆਂ ਹੁੰਦੀਆਂ ਸੋ ਨਿਊ ਸਾਊਥ ਵੇਲਸ ਦੇ ਮਾਮਲੇ ਚ ਜੇ ਅਸੀਂ ਗੱਲ ਕਰੀਏ ਤਾਂ ਉਹ ਇੱਕ ਇੱਥੋਂ ਦਾ ਸਾਰਿਆਂ ਤੋਂ ਵਧੀਆ ਜਾਂ ਕਹਿ ਸਕਦੀ ਹੈ ਅਮੀਰ ਸੂਬਾ ਜਿਹਦੇ ਕੋਲੇ ਰੈਵਨਿਊ ਬਹੁਤ ਜ਼ਿਆਦਾ ਆ ਜਿਹਦੇ ਕੋਲੇ ਅਸੀਂ ਕਹਿ ਅਕਸਰ ਦੇਖਦੇ ਹਾਂ ਵੀ ਜੇ ਉੱਥੇ ਲੋਕ ਵੀ ਰਹਿੰਦੇ ਆ ਤਾਂ ਉਹਨਾਂ ਦਾ ਲੈਵਲ ਆ ਥੋੜਾ ਜਿਹਾ ਇੱਕ ਲਿਵਿੰਗ ਸਟੈਂਡਰਡ ਹਾਈ ਆ ਤੇ ਉੱਥੋਂ ਦੇ ਪ੍ਰਾਈਸਿਸ ਹਰ ਚੀਜ਼ ਕਿਤੇ ਨਾ ਕਿਤੇ ਉਹਨੂੰ ਵੱਖਰਾ ਕਰਦੀ ਆ ਸੋ ਜਦੋਂ ਏਡਾ ਇੱਕ ਵਧੀਆ ਸੂਬਾ ਜਿਹੜੇ ਸੂਬੇ ਦੇ ਵਿੱਚ ਕੋਈ ਫਾਈਨੈਂਸ਼ਲੀ ਕੋਈ ਪ੍ਰੋਬਲਮ ਨਾ ਹੋਵੇ ਜਿੱਥੇ ਕੋਈ ਕਿਸੇ ਤਕਨੀਕ ਦੀ ਘਾਟ ਨਾ ਹੋਵੇ ਜਿੱਥੋਂ ਦੀ ਪ੍ਰੀਮੀਅਰ ਸਭ ਤੋਂ ਐਕਟਿਵ ਪ੍ਰੀਮੀਅਰ ਹੋਵੇ ਤੁਸੀਂ ਹੈਰਾਨ ਦੇਖੋ ਵੀ ਉਹ ਪ੍ਰੀਮੀਅਰ ਡੇ 1 ਤੋਂ ਤੁਸੀਂ ਦੇਖਿਆ ਹੋ ਵੀ ਹਰ ਚੀਜ਼ ਚ ਪੂਰੀ ਤੌਰ ਤੇ ਇਨਵੋਲਵ ਰਹੀ ਆ ਉਸ ਪ੍ਰੀਮੀਅਰ ਨੇ ਜਿਹੜੀ ਵੈਕਸੀਨੇਸ਼ਨ ਨੂੰ ਵੀ ਕਰਨ ਲਈ ਵੀ ਬਹੁਤ ਕੋਸ਼ਿਸ਼ ਕੀਤੀ ਆ ਪਰ ਇਹ ਵੱਖਰੀ ਗੱਲ ਆ ਵੀ ਜਿਹੜੇ ਆਸਟ੍ਰੇਲੀਆ ਦੇ ਲਾਅ ਆ ਉਹ ਇਸ ਢੰਗ ਨਾਲ ਇਮਿਊਨਿਟੀ ਨੂੰ ਜਿਹੜੇ ਪ੍ਰਟੈਂਡ ਕਰਦੇ ਆ ਵੀ ਤੁਸੀਂ ਕੋਸ਼ਿਸ਼ ਨਹੀਂ ਕਰ ਸਕਦੇ ਕਿਸੇ ਤੇ ਧੱਕਾ ਨਹੀਂ ਕਰ ਸਕਦੇ ਕਿਸੇ ਨੂੰ ਕਿਸੇ ਤੇ ਥੋਪ ਨਹੀਂ ਸਕਦੇ ਕੋਈ ਗੱਲ ਪਰ ਫਿਰ ਵੀ ਕਿਤੇ ਨਾ ਕਿਤੇ ਜਾਗਰੂਕਤਾ ਦੇ ਮਾਮਲੇ 'ਚ ਜੇ ਅਸੀਂ ਗੱਲ ਕਰੀਏ ਤਾਂ ਨਿਊ ਸਾਊਥ ਵੇਲਸ ਦੂਜੇ ਸੂਬਿਆਂ ਨਾਲੋਂ ਕਾਫੀ ਅੱਗੇ ਆ ਪਰ ਫਿਰ ਇੱਥੇ ਆ ਜਾਂਦੀ ਹੈ ਜੀ ਕੁਦਰਤ ਜਾਂ ਕਹਿ ਸਕਦੇ ਹਾਂ ਜੇ ਕੁਦਰਤ ਨੂੰ ਮੰਨਣ ਵਾਲੇ ਕੁਦਰਤ ਨੂੰ ਮੰਨਦੇ ਆ ਮੇਰੇ ਵਰਗਾ ਰੱਬ 'ਚ ਵਿਸ਼ਵਾਸ ਕਰਦਾ ਤਾਂ ਰੱਬ ਦੀ ਗੱਲ ਕਰਦਾ ਸੋ ਜੇ ਇਦਾਂ ਹੀ ਹੋਵੇ ਵੀ ਬੜਾ ਸਿਆਣਾ ਹੋ ਕੇ ਜ਼ਿੰਦਗੀ ਵਾਲੀ ਵਧੀਆ ਕੱਢੀ ਜਾ ਸਕਦੇ ਹੋਵੇ ਫਿਰ ਤਾਂ ਸਿਆਣੇ ਨਾ ਤਾਂ ਕਿਤੇ ਮਰਿਆ ਕਰਨ ਨਾ ਸਿਆਣੇ ਕਿਤੇ ਧੋਖਾ ਖਾਇਆ ਕਰਨ ਨਾ ਸਿਆਣਿਆਂ ਨੂੰ ਬੁਖਾਰ ਚੜਿਆ ਕਰੇ ਇਸ ਕਰਕੇ ਸਿਆਣਾ ਹੋ ਕੇ ਇੱਥੇ ਕੁਛ ਨਹੀਂ ਕੀਤਾ ਜਾ ਸਕਦਾ ਜੀ ਇੱਥੇ ਤਾਂ ਜਿਹੜੀਆਂ ਕੁਦਰਤ ਦੀਆਂ ਜਿਹੜੀਆਂ ਜੇ ਕਿਤੇ ਸਾਨੂੰ ਰਹਿਮਤਾਂ ਮਿਲਦੀਆਂ ਤਾਂ ਰਹਿਮਤਾਂ ਵੀ ਸਾਰਿਆਂ ਨੂੰ ਮਿਲਦੀਆਂ ਜੇ ਕਰੋਪੀ ਵੀ ਆਉਂਦੀ ਆ ਤਾਂ ਕਰੋਪੀ ਇਹ ਨਹੀਂ ਦੇਖਦੀ ਵੀ ਇਹ ਸੂਬਾ ਕਿੰਨਾ ਪੜ੍ਹਿਆ ਲਿਖਿਆ ਕਿਸ ਲੈਵਲ ਤੇ ਆ ਜਾਂ ਕਿੱਥੇ ਆ ਸੋ ਉਹੀ ਚੀਜ਼ ਚੋਂ ਅੱਜ ਨਿਊ ਸਾਊਥ ਵੇਲਸ ਗੁਜ਼ਰ ਰਿਹਾ ਤੇ ਅਕਸਰ ਕਈ ਵਾਰੀ ਨਾ ਮੈਨੂੰ ਸਵਾਲ ਕਰ ਲੈਂਦੇ ਆ ਲੋਕ ਕਹਿਣਗੇ ਵੀ ਯਾਰ ਤੁਹਾਡੇ ਬੜਾ ਫਰੈਸ਼ ਖਾਣ ਪੀਣ ਆ ਫਰੈਸ਼ ਹਵਾ ਚੰਗੇ ਥਾਂ ਤੇ ਰਹਿੰਦੇ ਹੋ ਤੇ ਇੱਦਾਂ ਸਾਰਾ ਕੁਝ ਇੱਥੇ ਤਾਂ ਅਸੀਂ ਇੰਡੀਆ ਦੀ ਗੱਲ ਕਰਨਗੇ ਅਸੀਂ ਬਹੁਤ ਔਖੇ ਆ ਸਾਨੂੰ ਪ੍ਰਦੂਸ਼ਣ ਪੋਲੂਸ਼ਨ ਗੰਦ ਖਾਂਦੇ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਹੁੰਦਾ ਵੀ ਜੇਕਰ ਤੁਹਾਨੂੰ ਇਹ ਲੱਗਦਾ ਵੀ ਫਰੈਸ਼ ਹਵਾ ਤੇ ਫਰੈਸ਼ ਖਾਣ ਪੀਣ ਨਾਲ ਆਸਟ੍ਰੇਲੀਆ ਤੇ ਇੰਡੀਆ ਦਾ ਵੱਡਾ ਫਰਕ ਆ ਤਾਂ ਇਹਦੇ 'ਚ ਇੱਕ ਗੱਲ ਧਿਆਨ ਨਾਲ ਸੋਚੋ ਵੀ ਤੁਸੀਂ ਕਹਿਣੇ ਹੋ ਵੀ ਅਸੀਂ ਬਿਮਾਰ ਜ਼ਿਆਦਾ ਹੁੰਦੇ ਹੋ ਫਿਰ ਇਹਦਾ ਮਤਲਬ ਤਾਂ ਆਸਟ੍ਰੇਲੀਆ 'ਚ ਕੋਈ ਬਿਮਾਰ ਹੀ ਨਾ ਹੋਵੇ ਪਰ ਆਸਟ੍ਰੇਲੀਆ ਦੇ ਹਸਪੀਟਲ 'ਚ ਸਾਨੂੰ ਥਾਂ ਨਹੀਂ ਮਿਲਦਾ ਜਦੋਂ ਸਾਨੂੰ ਲੋੜ ਪੈਂਦੀ ਹੈ ਸਾਨੂੰ 6-6 ਮਹੀਨਿਆਂ ਦੀ ਵੇਟਿੰਗਸ ਮਿਲਦੀਆਂ ਸੋ ਈਵਨ ਸਾਰਾ 2 ਮਿਲੀਅਨ 2.5 ਮਿਲੀਅਨ ਬੰਦੇ ਦੇ ਵਿੱਚ ਵੀ ਸਾਨੂੰ ਇੰਨਾ ਜ਼ਿਆਦਾ ਸਿਹਤ ਸਹੂਲਤਾਂ ਲੇਟ ਮਿਲਦੀਆਂ ਕਾਰਨ ਕੀ ਆ ਕਿ ਇੱਥੇ ਵੀ ਕਮੀ ਨਹੀਂ ਹੈ ਸੋ ਇਹ ਨਹੀਂ ਹੁੰਦਾ ਹੁੰਦਾ ਵੀ ਕੋਈ ਚੀਜ਼ ਕਿਸੇ ਚੀਜ਼ ਨਾਲ ਅੰਗੀ ਨਹੀਂ ਜਾ ਸਕਦੀ ਜਾਂ ਨਾ ਉਹਦੀ ਵੈਲਥ ਨਾਲ ਨਾ ਉਹਦੀ ਹੈਲਥ ਨਾਲ ਇਹ ਤਾਂ ਜਦੋਂ ਆਉਂਦਾ ਹਵਾ ਵਗਦੀ ਆ ਜਾਂ ਦੇ ਘੋੜੇ ਵਾਲਾ ਆਉਂਦਾ ਤਾਂ ਸਾਰੇ ਪਾਸੇ ਗੇੜਾ ਦਿੰਦਾ ਪਰ ਸਾਨੂੰ ਇਸ ਚੀਜ਼ ਦੀ ਬੜੀ ਚਿੰਤਾ ਜੀ ਬਹੁਤ ਸਾਰੇ ਬਿਜ਼ਨਸ ਪ੍ਰਭਾਵਿਤ ਹੋ ਰਿਹਾ ਖਾਸ ਕਰਕੇ ਟੂਰਿਜ਼ਮ ਇੰਡਸਟਰੀ ਬਹੁਤ ਪ੍ਰਭਾਵਿਤ ਹੋ ਰਹੀ ਆ ਐਕਸਪੋਰਟ ਦੇ ਬਿਜ਼ਨਸ ਦੇ ਵਿੱਚ ਜਿਹੜੀ ਐਤਕੀ ਮਾਰ ਪਈ ਆ ਉਹਦਾ ਮੈਂ ਨਿੱਜੀ ਤਜਰਬਾ ਦੱਸ ਸਕਦਾ ਜੀ ਮੈਂ ਇੱਕ ਕਿਸਾਨ ਵੀ ਆ ਮੈਂ ਖੇਤੀ ਕਰਦਾ ਪਿਛਲੇ ਸਾਲ ਜਿਹੜੇ ਸੰਤਰੇ ਅਸੀਂ 1500 ਨੂੰ ਟਨ ਵੇਚੇ ਸੀ ਇਸ ਨਾਲ ਉਹ 700 ਨੂੰ ਟਨ ਅਸੀਂ ਵੇਚ ਰਹੇ ਹਾਂ ਉਸ ਤੋਂ ਬਾਅਦ ਕੀ ਕਾਰਨ ਹੋ ਰਿਹਾ ਜਦੋਂ ਗੱਲ ਕਰਦੇ ਹਾਂ ਵੀ ਇਹਦੇ ਕਾਰਨ ਕੀ ਆ ਪਹਿਲਾਂ ਚਾਈਨਾ ਮੁੱਖ ਮੋੜ ਗਿਆ ਆਸਟ੍ਰੇਲੀਆ ਨੇ ਅਮਰੀਕਾ ਮੰਗਣ ਲੱਗ ਕੇ ਚਾਈਨਾ ਨਾਲ ਜਿਹੜੀ ਤੂੰ ਤੜਾਕ ਕੀਤੀ ਉਹਦਾ ਨਤੀਜਾ ਹੁਣ ਨਾਗਰਿਕ ਇਸ ਟਾਈਮ ਭੋਗ ਰਿਹਾ ਭਾਵੇਂ ਸਾਨੂੰ ਲੋਲੀਪੋਪ ਦਿੱਤੇ ਜਾ ਰਹੇ ਆ ਵੀ ਅਸੀਂ ਚਾਈਨਾ ਜਾਂ ਜਪਾਨ ਖੋਲਤਾ ਅਸੀਂ ਇੰਗਲੈਂਡ ਖੋਲਤਾ ਪਰ
ਇੱਕ ਗਿੱਠ ਜਿੰਨੇ ਥਾਂ 'ਚ ਵਸਿਆ ਇੰਗਲੈਂਡ ਜਾਂ ਜਾਪਾਨ ਉਹ ਚਾਈਨਾ ਦਾ ਮੁਕਾਬਲਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਬਿਲਕੁਲ ਬਿਲਕੁਲ ਤੇ ਚਾਈਨਾ ਦੇ ਵਿੱਚ ਅੱਜ ਪੋਜੀਸ਼ਨ ਇਹ ਹੋ ਗਈ ਹੈ ਜੀ ਵੀ ਇੱਕ ਜੇ ਕੰਟੇਨਰ ਭੇਜਣਾ ਤੁਸੀਂ ਸੰਤਰਿਆਂ ਦਾ ਕੰਟੇਨਰ ਅਸੀਂ ਜੇ ਪਿਛਲੇ ਸਾਲ ਭੇਜਦੇ ਸੀ ਤਾਂ ਉਹਦਾ $5,000 ਡਾਲਰ ਰੈਂਟ ਸੀਗਾ ਜੀ ਭੇਜਣ ਦਾ 40 ਫੁੱਟ ਕੰਟੇਨਰ ਦਾ ਅੱਜ ਉਹ 40 ਫੁੱਟ ਕੰਟੇਨਰ ਦਾ ਰੈਂਟ $22,000 ਹੋ ਚੁੱਕਿਆ ਜਿਹੜਾ ਬਾਕੀ ਦਾ ਜਿਹੜਾ ਫਰਕ ਪਿਆ ਗਾ ਜੇ ਕਹੀਏ 15-18 ਹਜ਼ਾਰ ਦਾ ਜਿੰਨੇ ਦਾ ਵੀ ਫਰਕ ਪਿਆ $100 ਸੀ ਪਰ ਅੱਜ ਜਦੋਂ 7,500-7,750 ਨੂੰ ਵੇਚ ਰਹੇ ਆ ਸਾਡਾ ਪਿਕਿੰਗ ਦਾ ਖਰਚਾ 300 ਹੋ ਗਿਆ ਕਿਉਂਕਿ ਲੇਬਰ ਨਹੀਂ ਮਿਲ ਰਹੀ ਕੋਵਿਡ ਕਰਕੇ ਹਰ ਪਾਸੋਂ ਬੰਦ ਹੋ ਗਿਆ ਤੇ ਕੱਲੇ ਭਾਵੇਂ ਸੂਬੇ ਵੀ ਬੰਦ ਹੋ ਗਏ ਹੁਣ ਇੰਟਰਸਟੇਟ ਵੀ ਕੋਈ ਪਿੱਕਰ ਨਹੀਂ ਆ ਰਹੇ ਸਾਡੇ ਕੋਲੇ ਜਿਹੜੇ ਅੱਗੇ ਬੈਕ ਪੈਕਰ ਆਉਂਦੇ ਸੀ ਤੇ ਅੱਜ ਅਗਲਾ ਮੂੰਹ ਮੰਗੀਆਂ ਕੀਮਤਾਂ ਦੇ ਉੱਤੇ ਜਿਹੜਾ ਵੀ ਬੰਦਾ ਪਿੱਕਰ ਸਾਨੂੰ ਮਿਲਦੇ ਆ ਉਹ ਤੋੜਦੇ ਆ ਸੰਤਰੇ ਸੋ ਇਸ ਕਰਕੇ ਸਾਨੂੰ ਤਾਂ ਅਰਦਾਸ ਕਰਨੀ ਚਾਹੀਦੀ ਹੈ ਜੀ ਕਿਸੇ ਵੀ ਸੂਬੇ 'ਚ ਕਿਤੇ ਵੀ ਮੁਲਕ ਦੇ ਸਾਰੇ ਮੁਲਕ ਦੇ ਵਿੱਚ ਪਹਿਲਾਂ ਲਈ ਅਰਦਾਸ ਆ ਸਾਡੀ ਫਿਰ ਸਰਬੱਤ ਦੇ ਭਲੀ ਦੁਨੀਆ ਲਈ ਅਰਦਾਸ ਆ ਲਗਾਤਾਰ ਸੁਰਖੀਆਂ ਦੇ ਵਿੱਚ ਨੇ ਉਹਨਾਂ ਨੇ ਵੈਕਸੀਨੇਸ਼ਨ ਦੇ ਉੱਤੇ ਕਾਫੀ ਜਿਹੜੀ ਸੀਗੀ ਲੋਕਾਂ ਨੂੰ ਹਦਾਇਤ ਕੀਤੀ ਕਿ ਵੈਕਸੀਨੇਸ਼ਨ ਲਈ ਜਾਵੇ ਉਸ ਤੋਂ ਬਾਅਦ ਲੋਕਾਂ ਨੇ ਵੈਕਸੀਨੇਸ਼ਨ ਲੈਣੀ ਸ਼ੁਰੂ ਵੀ ਕੀਤੀ ਪਰ ਫਿਰ ਵੀ ਜਿਹੜਾ ਅੰਕੜਾ ਵੱਧਦਾ ਹੀ ਜਾ ਰਿਹਾ ਖਾਸ ਕਰਕੇ ਗੱਲ ਕੀਤੀ ਜਾ ਰਹੀ ਹੈ ਜੀ ਲੋਕਡਾਊਨ ਦੀ ਰੀਜਨਲ ਏਰੀਏ ਦੇ ਵਿੱਚ ਫਿਰ ਤੋਂ ਐਕਸਟੈਂਡ ਕਰ ਦਿੱਤਾ ਗਿਆ ਜੀ ਲੋਕਡਾਊਨ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਹੀ ਆ ਜਿਹੜਾ ਹੁਣੇ ਪਿੱਛੇ ਜੇ ਲੋਕਡਾਊਨ ਦਾ ਅਰਸਾ ਸੀਗਾ ਇਹਦੇ ਵਿੱਚ ਲੋਕ ਬਾਹਰ ਨਿਕਲੇ ਪੁਲਿਸ ਨਾਲ ਵੀ ਝੜਪਾਂ ਹੋਈਆਂ ਸਟ੍ਰੈਸ ਲੈਵਲ ਇੰਨਾ ਵੱਧ ਚੁੱਕਿਆ ਮੈਂਟਲ ਲੈਵਲ ਉਹਨਾਂ ਦਾ ਇੰਨਾ ਜ਼ਿਆਦਾ ਖਰਾਬ ਹੋ ਚੁੱਕਿਆ ਲੋਕਾਂ ਦਾ ਕਿਉਂਕਿ ਘਰਾਂ ਦੇ ਵਿੱਚ ਤੜ ਚੁੱਕੇ ਹਾਂ ਜੀ ਲੋਕਡਾਊਨ ਦੇ ਨਾਲ ਨਾਲ ਕਰਫਿਊ ਵੀ ਚੱਲ ਰਿਹਾ ਹੈ ਸੋ ਇੱਕ ਤਰ੍ਹਾਂ ਦੇ ਨਾਲ ਇਹ ਹੈ ਕਿ ਲੋਕ ਆਪਣੇ ਘਰਾਂ ਦੇ ਵਿੱਚ ਤੜ ਚੁੱਕੇ ਨੇ ਬਾਹਰ ਨਿਕਲਣ ਲਈ ਉਹਨਾਂ ਉਹ ਮਜਬੂਰ ਨੇ ਬਹੁਤ ਜ਼ਿਆਦਾ ਜੇ ਨਿਕਲਦੇ ਨਹੀਂ ਜੀ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਫਾਈਨ ਵੀ ਦਿੱਤੇ ਜਾਂਦੇ ਨੇ ਜੀ ਜੀ ਬਿਲਕੁਲ ਸਹੀ ਗੱਲ ਕਹੀ ਆ ਸਰਕਾਰ ਆਪਦੀ ਥਾਂ ਤੇ ਆਪਦੀ ਡਿਊਟੀ ਨਿਭਾ ਰਹੀ ਆ ਜੀ ਉਹਨੂੰ ਵੀ ਲੱਗਦਾ ਵੀ ਮੈਂ ਕਿਵੇਂ ਨਾ ਕਿਵੇਂ ਸੱਪ ਨੂੰ ਵੀ ਮਾਰ ਲਾਂ ਤੇ ਸੋਟੀ ਨੂੰ ਵੀ ਬਚਾ ਲਾਂ ਪਰ ਇਦਾਂ ਨਹੀਂ ਹੋ ਸਕਦਾ ਜੀ ਕੁਛ ਨਾ ਕੁਛ ਚੀਜ਼ ਦਾਅ ਤੇ ਲਾਉਣੀ ਪੈਂਦੀ ਆ ਜਾਂ ਤਾਂ ਤੁਹਾਨੂੰ ਫੋਰਸਫੁਲੀ ਵੈਕਸੀਨੇਸ਼ਨ ਕਰਨੀ ਪੈਣੀ ਆ ਪਰ ਵੈਕਸੀਨੇਸ਼ਨ ਦੇ ਸਾਨੂੰ ਨਤੀਜੇ ਨਹੀਂ ਸਹੀ ਮਿਲ ਰਹੇ ਵੈਕਸੀਨੇਸ਼ਨ ਦੀ ਇੱਕ ਪੈਰਲਰ ਕੰਪੇਨ ਚੱਲ ਰਹੀ ਆ ਜਿਹੜੀ ਤੁਹਾਨੂੰ ਰੋਕ ਰਹੀ ਆ ਉਹ ਦੋ ਨਿੱਕੇ ਨਿੱਕੇ ਪੁਆਇੰਟ ਕੱਢ ਕੇ ਲਿਆ ਰਹੀ ਆ ਵੀ ਫਲਾਨੇ ਨੇ ਲਵਾਈ ਸੀ ਉਹਦਾ ਆਹ ਨੁਕਸ ਪੈ ਗਿਆ ਫਲਾਨੇ ਦਾ ਇਹ ਕੇਸ ਆ ਗਿਆ ਰੋਜ਼ ਚਾਹੇ ਉਹ ਅਫਵਾਹਾਂ ਲਾ ਲਈਏ ਚਾਹੇ ਉਹ ਕਿਸੇ ਕਿਸਮ ਦੇ ਰਿਮਰ ਲੈ ਲਈਏ ਪਰ ਫਿਰ ਵੀ ਉਹ ਜਦੋਂ ਆ ਜਾਂਦਾ ਤੇ ਇੱਕ ਬੰਦਾ ਹੁੰਦਾ ਨਾ ਜਿਹੜਾ ਉਹ ਇੱਕ ਬਹੁਤ ਜ਼ਿਆਦਾ ਸਣਕੀ ਹੁੰਦਾ ਤੇ ਇੱਕ ਸੈਕਿੰਡ ਦੇ ਵਿੱਚ ਹੀ ਉਹ ਕਿਤੇ ਕਿਤੇ ਤਿਲਕ ਜਾਂਦਾ ਸੋ ਇਹ ਵੀ ਬਹੁਤ ਵੱਡਾ ਇੱਕ ਚੈਲੰਜ ਆ ਸਰਕਾਰਾਂ ਲਈ ਸਰਕਾਰ ਨੂੰ ਜਾਂ ਤਾਂ ਬਹੁਤ ਵੱਡੇ ਲੈਵਲ ਤੇ ਸਖਤੀ ਬਣਾਉਣੀ ਪੈਣੀ ਆ ਤੇ ਜਾਂ ਫਿਰ ਰੱਬ ਆਸਰੇ ਛੱਡ ਕੇ ਤੇ ਜਿਹੜਾ ਇਹਨੂੰ ਜਿਵੇਂ ਹੁਣ ਇੰਡੀਆ ਚੱਲ ਰਿਹਾ ਇੰਡੀਆ ਦੇ ਵਿੱਚ ਵੀ ਹਜ਼ਾਰਾਂ 'ਚ ਆ ਰਹੇ ਆ ਪਰ ਜੇ ਤੁਸੀਂ ਸੜਕਾਂ ਦੇ ਉੱਤੇ ਭੀੜ ਦੇਖੋਗੇ ਜਾਂ ਉਵੇਂ ਹੀ ਕੰਮ ਦੇਖੋ ਕੋਈ ਫਰਕ ਨਹੀਂ ਆ ਕਿਉਂਕਿ ਆਪਣੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਵੀ ਪਿੱਛੇ ਜੇ ਗੱਲ ਕੀਤੀ ਸੀ ਕਿ ਇਸ ਨੂੰ ਵਾਇਰਸ ਨੂੰ ਟ੍ਰੀਟ ਕਰੋ ਕਿ ਫਲੂ ਹੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਗੱਲ ਕੀਤੀ ਕਿ ਇਹ ਕਦੇ ਜਾਣਾ ਹੀ ਨਹੀਂ ਆ ਵਾਇਰਸ ਇਹਦੇ ਨਾਲ ਜੋਣਾ ਸਿੱਖ ਲਓ ਹਨਾ ਤੇ ਉਸ ਤੋਂ ਬਾਅਦ ਵੀ ਜੇ ਇੰਨੀਆਂ ਸਖਤੀਆਂ ਕਰਦੇ ਆ ਲੋਕਾਂ ਦੇ ਮਨਾਂ ਦੇ ਉੱਤੇ ਇੰਨਾ ਪ੍ਰਭਾਵ ਜਿਵੇਂ ਕਿ ਤੁਸੀਂ ਗੱਲ ਕੀਤੀ ਇੰਡੀਆ ਦੀ ਇੰਡੀਆ ਦੇ ਵਿੱਚ ਅਜੇ ਵੀ 25-25 ਹਜ਼ਾਰ 30-30 ਹਜ਼ਾਰ ਕੇਸ ਆਉਂਦੇ ਨੇ ਪਰ ਉੱਥੇ ਕੋਈ ਲੋਕਡਾਊਨ ਅਜਿਹਾ ਨਹੀਂ ਆ ਲੋਕ ਫਿਰ ਵੀ ਭੀੜਾਂ ਦੇ ਵਿੱਚ ਜਾਂਦੇ ਨੇ ਇਕੱਠੇ ਹੁੰਦੇ ਨੇ ਪਰ ਹੁਣ ਉਹ ਹਊਆ ਜਿਹੜਾ ਕਹਿੰਦੇ ਸੀ ਪਿੱਛੇ ਜਿਹੜਾ ਇੱਕਦਮ ਹੀ ਹਊਆ ਬਇਆ ਸੀਗਾ ਉਹ ਬੰਦ ਹੋ ਗਿਆ ਸਿਰਫ ਕੇਸਿਸ ਆਉਂਦੇ ਨੇ ਮੌਤਾਂ ਬਹੁਤ ਹੀ ਘੱਟ ਨੇ ਮੇਰੇ ਖਿਆਲ ਦੇ ਵਿੱਚ ਉਹ ਲੋਕਾਂ ਨੇ ਉੱਥੇ ਜੋਣਾ ਸਿੱਖ ਲਿਆ ਜੀ ਉਸ ਵਾਇਰਸ ਦੇ ਨਾਲ ਕਿਉਂਕਿ ਇਹ ਵੀ ਗੱਲ ਕਹੀ ਜਾਂਦੀ ਕਿ ਇੰਡੀਅਨ ਲੋਕਾਂ ਦੀ ਜਿਹੜੀ ਇਮਿਊਨਿਟੀ ਲੈਵਲ ਹੁੰਦਾ ਹੈ ਉਹ ਬਾਹਰਲੇ ਮੁਲਕਾਂ ਦੇ ਨਾਲੋਂ ਵੱਧ ਹੁੰਦਾ ਇਸ ਕਰਕੇ ਵੀ ਉਹ ਸਰਵਾਈਵਲ ਨੇ ਤੇ ਇੱਥੇ ਜੇ ਛੋਟੇ ਇਹ ਹਾਲਾਂਕਿ ਇੱਕ ਰਿਊਮਰ ਹੈ ਇੰਡੋਸ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਸਿਰਫ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਇੱਥੇ ਕੋਈ ਐਕਸ ਪੁਲਿਸ ਅਧਿਕਾਰੀ ਹੈਗਾ ਜਿਹੜਾ ਦੱਸ ਰਿਹਾ ਕਿ ਵੈਕਸੀਨੇਸ਼ਨ ਦੇ ਨਾਲ ਬੱਚਿਆਂ ਦੀ ਦੋ ਬੱਚਿਆਂ ਦੀ ਵੀ ਮੌਤ ਹੋਈ ਹੈ ਸੋ ਇਸ ਕਰਕੇ ਵੀ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਪਰੇਸ਼ਾਨੀ ਬਣੀ ਹੋਈ ਹੈ ਦੁਚਿੱਤੀ 'ਚ ਨੇ ਲੋਕ ਕਿ ਵੈਕਸੀਨ ਲੈਣੀ ਆ ਜਾਂ ਨਹੀਂ ਲੈਣੀ ਬੱਚਿਆਂ ਨੂੰ ਦਬਾਉਣੀ ਹੈ ਜਾਂ ਨਹੀਂ ਦਬਾਉਣੀ ਬਹੁਤ ਸਾਰੀਆਂ ਪਰੇਸ਼ਾਨੀਆਂ ਜੀ ਬਿਲਕੁਲ ਜੀ ਇਹ ਹੁਣ ਇਹੀ ਕਹਿ ਸਕਦੇ ਹਾਂ ਵੀ ਇਹਦਾ ਤਾਂ ਇੱਕੋ ਹੀ ਹੱਲ ਆ ਵੀ ਸਖਤ ਹੋਣਾ ਪੈਣਾ ਕਿਸੇ ਰੁੱਖ 'ਚ ਹੀ ਹੋ ਲੈਣ ਜੀ
बहुत शुक्रिया मिंटू बराड़ जी। गल करते हैं जी अगले पंजाब की गल कर लें जी। श्रोमणी गुरुद्वारा प्रबंधक कमेटी दिल्ली दी चोणां हुई हैं, सो मनजिंदर सिंह सिरसा हारे ने जी, पर उन्हां दी बादल दी जिहड़ी श्रोमणी अकाली दल बादल हैगा उन्हां दी जित हुई है। तो बादल सुखबीर बादल ने यह गल की है कि जिहड़े लोग उन्हां बारे बोलते सी उन्हां दे मूँह बंद कर दिते हैं दिल्ली की जनता ने। देखो एक वक्रे हालात आ, जिहड़े लोग नेड़े तो जानदे आ उहनां नूं पता वी दिल्ली दे विच जिहड़ा बादल फैक्टर किन्ना चलदा, सुखबीर बादल फैक्टर किन्ना चलदा, पहलां सरनियां दा फैक्टर किन्ना चलदा सी, हुण मनजिंदर सरसे दा किन्ना फैक्टर चलदा। दिल्ली दे विच अकाली दल उवें नहीं कम करदा जिवें पंजाब च कम करदा। पंजाब दे विच लोग टकसाली तौर ते अकाली दल नाल जुड़े हुए आ, पुराने लोग जुड़े हुए आ। दिल्ली दे विच अकाली दल दीआं जड़ां लग्गी नूं बहुत थोड़ा चिर होया। दिल्ली दे विच परसनल अप्रोच नाल जिहड़ा उत्थों दा जिहड़ी पार्टी कम करदी आ, सो परसनल अप्रोच दे विच जे गल करिए तां पिछला दौर भावें मनजिंदर सरसा हार गए आ, खुद हार गए क्योंकि उहनां दे खिलाफ जिहड़ा कैंडीडेट सी ओह परमजीत सरना उहनां दे ब्रदर हरविंदर सरना सन, ते ओह आप खुद उहनां दा इक रुतबा ते उहनां दी आत्मीय चाहे उहनां दी पार्टी वी पहलां इस दे उत्ते रही आ काबज प्रबंधक कमेटी दे, गुरुद्वारा प्रबंधक कमेटी दे उत्ते। पर जिहड़ा मनजिंदर सरसे दा पिछला दौर आया कोविड दौरान ला लो, जां ओह हॉस्पिटल खोलणे जां स्कूल खोलणे, ओह किते ना किते मेरा मनना वी जे अज अकाली दल दी उत्थे जित होई आ तां दिल्ली अकाली दल इक वक्खरी ਧੇਰਾ। ਹਾਲਾਂਕਿ ਮਨਜਿੰਦਰ ਸਿਰਸਾ ਦੀ ਹਾਰ ਹੋਈ ਆ ਜੀ ਹਰਵਿੰਦਰ ਸਰਨਾ ਦੇ ਵੱਲੋਂ। ਹਾਂਜੀ ਬਿਲਕੁਲ, ਪਰ ਉਹ ਮੈਂ ਇਹ ਗੱਲ ਕਹਿ ਰਿਹਾ ਸੀ ਵੀ ਜਿਹੜੀ ਫੈਕਟਰ ਉਹ ਕੰਮ ਕੀਤਾ ਜਿਹੜੀ ਉਸ ਟੀਮ ਨੇ ਵਧੀਆ ਕੰਮ ਕੀਤਾ। ਕਈ ਵਾਰੀ ਕੀ ਹੁੰਦਾ ਵੀ ਜਿਹੜਾ ਲੀਡਰ ਹੁੰਦਾ ਟੀਮ ਦਾ ਉਹ ਆਪਦੀ ਸੀਟ ਤੇ ਉਹਨਾਂ ਧਿਆਨ ਨਹੀਂ ਦੇ ਪਾਉਂਦਾ ਤੇ ਉਹ ਇਹ ਕਾਰਨ ਹੋ ਗਿਆ ਹੋਵੇ ਹਾਰਨ ਦਾ। ਮੈਂ ਇੱਥੇ ਕੋਈ ਦੋਨਾਂ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਦੋਨੇ ਹਰਵਿੰਦਰ ਸਰਨਾ ਦੇ ਉੱਤੇ ਵੀ ਬਹੁਤ ਸਾਰੇ ਦੋਸ਼ ਲੱਗਦੇ ਆ, ਮਨਜਿੰਦਰ ਸਰਸਾ ਉੱਤੇ ਵੀ ਦੋਸ਼ ਲੱਗਦੇ ਆ। ਪਰ ਜਦੋਂ ਤੁਹਾਨੂੰ ਜਦੋਂ ਲੀਡਰਾਂ ਦੇ ਵਿੱਚ ਉਹਨਾਂ ਨੂੰ ਜੋ ਚੁਣਨ ਲਈ ਦੋ ਹੀ ਆ ਤਾਂ ਫਿਰ ਉਹ ਦੋਨਾਂ ਦੇ ਵਿੱਚੋਂ ਹੀ ਚੁਣਨਾ ਪੈਣਾ ਸੀ। ਪਰ ਜਿਹੜੀ ਪਾਰਟੀ ਦੀ ਜਿੱਤ ਆ ਮਹਿਰਾ, ਉੱਥੇ ਮੈਂ ਕਲੀਅਰ ਕੱਟ ਕਹਿ ਸਕਦਾ ਉਹ ਅਕਾਲੀ ਦਲ ਬਾਦਲ ਦੀ ਜਿਹੜੀ ਬਾਦਲ ਜਾਂ ਸੁਖਵੀਰ ਫੈਕਟਰ ਨਹੀਂ ਉੱਥੇ ਕੰਮ ਕੀਤਾ, ਉੱਥੇ ਫੈਕਟਰ ਕੰਮ ਕੀਤਾ ਜਿਹੜਾ ਲੋਕਲ ਕੰਮ ਹੋਇਆ। ਉਹ ਭਾਵੇਂ ਮਨਜਿੰਦਰ ਸਰਸਾ ਖੁਦ ਹਾਰ ਗਿਆ ਪਰ ਉਹਨਾਂ ਵੱਲੋਂ ਪਿਛਲੇ 2 ਸਾਲ ਜਿਹੜੇ ਕੰਮ ਹੋਏ ਆ ਉਹਨਾਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਐਵੇਂ ਅਸੀਂ ਕਈ ਵਾਰੀ ਕੀ ਹੁੰਦਾ ਮੈਂ ਨਹੀਂ ਇਸ ਚੀਜ਼ ਦੇ ਹੱਕ ਚ ਹਾਂ ਮੈਂ, ਪਰ ਮੇਰਾ ਇਹ ਇੱਕ ਮੀਡੀਆ ਕਰਮੀ ਹੋਣ ਦੇ ਨਾਤੇ ਜਾਂ ਮੀਡੀਆ ਨਾਲ ਜੁੜਿਆ ਹੋਣ ਦੇ ਨਾਤੇ ਮੇਰੀ ਡਿਊਟੀ ਬਣਦੀ ਆ ਜੋ ਸੱਚ ਆ ਸੱਚ ਬੋਲਾਂ, ਜਿੱਥੇ ਮਨਜਿੰਦਰ ਸਰਸਾ ਸਹੀ ਆ ਉੱਥੇ ਸਹੀ ਕਿਹਾ ਜਾਵੇ, ਜਿੱਥੇ ਗਲਤ ਆ ਗਲਤ ਕਿਹਾ ਜਾਵੇ। ਇਵੇਂ ਇਸ ਬਾਦਲਾਂ ਲਈ ਆ ਸਭ ਲਈ ਆ, ਪਰ ਇਹ ਗੱਲ ਕਲੀਅਰ ਕੱਟ ਆ ਵੀ ਐਨਕਾਂ ਲਾ ਕੇ ਦੇਖੋ ਵੀ ਕੀ ਉੱਥੇ ਕੀ ਪ੍ਰਕਾਸ਼ ਸਿੰਘ ਬਾਦਲ ਉੱਥੇ ਕੀ ਕਰਿਆ ਹੈ, ਦਿੱਲੀ ਸੁਖਬੀਰ ਬਾਦਲ ਜਾ ਕੇ ਕੀ ਕਰਿਆ, ਕੀਤਾ ਤਾਂ ਉਦੋਂ ਦਿੱਲੀ ਦੇ ਲੋਕਾਂ ਨੇ ਨਾ, ਲੋਕਲ ਨੇ, ਲੋਕਲ ਲੋਕਾਂ ਨੇ ਹਸਪੀਟਲ ਬਣਾਏ, ਲੋਕਲ ਲੋਕਾਂ ਨੇ ਮੌਕੇ ਤੇ ਆਕਸੀਜਨ ਪਹੁੰਚਾਈ, ਤਾਂ ਉਹਨਾਂ ਦੇ ਨਤੀਜੇ ਆ ਜਿਹੜੇ ਉੱਥੇ ਉਹ ਜਿੱਤਿਆ। ਹੁਣ ਕ੍ਰੈਡਿਟ ਲੈਣ ਦੀ ਜੇ ਗੱਲ ਕਰੀਏ ਤਾਂ ਕੋਈ ਮਰਜ਼ੀ ਲੈ ਲੈ ਫਿਰ ਤਾਂ ਕਹਿ ਦੇ, ਕਿਉਂਕਿ ਉਹਦੇ ਤੇ ਇੱਕ ਉਹ ਚੋਣ ਨਿਸ਼ਾਨ ਤੇ ਲੜੇ ਆ ਜਾਂ ਉਸ ਪਾਰਟੀ ਦੇ ਨਾਂ ਤੇ ਲੜੇ ਆ, ਤੇ ਉਹਦਾ ਮਤਲਬ ਕ੍ਰੈਡਿਟ ਆਟੋਮੈਟਿਕਲੀ ਉਹਨਾਂ ਨੂੰ ਚਲਾ ਗਿਆ। ਪਰ ਮੇਰਾ ਮਤਲਬ ਮੰਨਣਾ ਹੈ ਜ਼ਮੀਨੀ ਕੰਮਾਂ ਦੀ ਜਿੱਤ ਹੋਈ। ਜੀ ਬਿਲਕੁਲ, ਗੱਲ ਕਰ ਲੈ ਰਹੇ ਹਾਂ ਜੀ ਗੁਰਦਾਸ ਮਾਨ, ਪੰਜਾਬੀ ਗਾਇਕ ਜਿਨ੍ਹਾਂ ਦਾ ਕਾਫੀ ਸਮੇਂ ਤੋਂ ਰੁਤਬਾ ਸੀ ਪੰਜਾਬ ਦੇ ਵਿੱਚ, ਕਾਫੀ ਸਮੇਂ ਤੋਂ ਪੰਜਾਬੀ ਬੋਲੀ ਜਾਂ ਕਹਿ ਲਓ ਪੰਜਾਬੀ ਗੀਤਾਂ ਦੇ ਨਾਲ ਜੁੜੇ ਹੋਏ ਸਨ, ਕਾਫੀ ਵਿਵਾਦਾਂ ਦੇ ਵਿੱਚ ਘਿਰੇ ਨੇ ਗੁਰਦਾਸ ਮਾਨ। ਪਿਛਲੇ 5 ਸਾਲਾਂ ਦੀ ਜੇ ਗੱਲ ਕਰੀਏ ਉਹਨਾਂ ਨੇ ਆਪਣਾ ਅਕਸ ਜਿਹੜਾ ਹੈਗਾ ਸ਼ਾਇਦ ਆਪਣੇ ਹੱਥੋਂ ਹੀ ਖਰਾਬ ਕਰਨਾ ਸ਼ੁਰੂ ਕੀਤਾ। ਪਹਿਲਾਂ ਪੰਜਾਬੀ ਬੋਲੀ ਦੀ ਗੱਲ ਕਰਕੇ ਉਹਨਾਂ ਨੇ ਥੋੜ੍ਹਾ ਅਕਸ ਆਪਣਾ ਖਰਾਬ ਕੀਤਾ, ਫਿਰ ਕਿਸਾਨੀ ਧਰਨਿਆਂ ਬਾਰੇ ਜਦੋਂ ਗੱਲ ਚੱਲੀ ਉਦੋਂ ਥੋੜ੍ਹਾ ਅਕਸ ਖਰਾਬ ਕੀਤਾ, ਹੁਣ ਤਾਂ ਉਹਨਾਂ ਨੇ ਹੱਦ ਹੀ ਕਰ ਦਿੱਤੀ। ਸਿੱਖਾਂ ਦੇ 3 ਗੁਰੂ ਪਾਤਸ਼ਾਹ ਅਮਰਦਾਸ ਜੀ ਦੀ ਇੱਕ ਸੁਲਫਾ ਪੀਣੇ ਸਾਧ ਦੇ ਨਾਲ ਜੀ ਤੁਲਨਾ ਕੀਤੀ ਆ ਉਹਨਾਂ ਨੇ, ਤੇ ਉਹ ਤੋਂ ਬਾਅਦ ਉਹਨਾਂ ਨੇ ਮਾਫੀ ਵੀ ਮੰਗੀ। ਦੇਖੋ ਜੀ ਗੱਲ ਇਹ ਹੁੰਦੀ ਆ, ਵੈਸੇ ਤਾਂ ਅੱਜ ਕੱਲ੍ਹ ਇੱਕ ਕੌਮਨ ਜੀ ਉਹਨਾਂ ਲਈ ਟਰਮ ਵਰਤੀ ਜਾ ਰਹੀ ਹੈ ਵੀ ਜਦੋਂ ਵੀ ਕਹਿੰਦੇ ਨਾ ਘਸੁੰਨ ਮਾਰਦਾ ਨਾ ਕਹਿੰਦੇ ਲੱਤ ਮਾਰਦਾ, ਜਦੋਂ ਮਾਰਦਾ ਤਾਂ ਰੱਬ ਕਹਿੰਦੇ ਬੰਦੇ ਦੀ ਮੱਤ ਮਾਰਦਾ, ਇਹ ਟਰਮ ਗੁਰਦਾਸ ਮਾਨ ਲਈ ਵਰਤੀ ਜਾ ਰਹੀ ਅੱਜ ਕੱਲ੍ਹ ਹਰ ਥਾਂ ਤੇ, ਛੋਟੇ ਤੋਂ ਵੱਡਾ ਬੰਦਾ ਇਹ ਗੱਲ ਕਹਿ ਰਿਹਾ। ਪਰ ਇਹਦੇ ਬਹੁਤ ਸਾਰੇ ਪਹਿਲੂ ਆ ਜੀ, ਬਹੁਤ ਸਾਰੇ ਪਹਿਲੂ ਆ ਇਹਦੇ ਚ। ਇੱਕ ਗੱਲ ਜੇ ਹੁਣ ਨੋਰਮਲ ਕਹਾਂ ਤਾਂ ਮੈਂ ਵੀ ਇੱਥੇ ਸਾਰ ਸਕਦਾ ਜੀ ਵੀ ਬੰਦਾ ਸਠਿਆ ਗਿਆ, ਸਠਿਆ ਹੋਣਾ ਤਾਂ 60 ਸਾਲ ਤੋਂ ਬਾਅਦ ਥੋੜੀ ਜਿਹੀ ਮੱਤ ਆ ਜਿਹੜੀ ਬੁੱਧੀ ਆ ਉਹ ਪਿੱਛੇ ਨੂੰ ਸਟੈਪ ਪੱਟਣ ਲੱਗ ਜਾਂਦੀ ਆ, ਤੇ ਓਦਾਂ ਕਰਕੇ ਹੋ ਸਕਦਾ ਵੀ ਕਈ ਗੱਲਾਂ ਤੇ ਇਹ ਹੋ ਗਿਆ। ਪਰ ਮੇਰਾ ਮੰਨਣਾ ਇਹ ਨਹੀਂ, ਮੇਰਾ ਮੰਨਣਾ ਤੋਂ ਵੱਖਰਾ। ਦੇਖੋ ਗੁਰਦਾਸ ਮਾਨ ਉਰੇ ਕੋਈ ਅੱਜ ਦੇ ਨਹੀਂ, ਡੇ 1 ਤੋਂ ਉਹ ਮੰਡਾਲੀ ਵਾਲਿਆਂ ਦੇ ਜਾਂ ਜਿਹੜੇ ਇਹਨਾਂ ਦੇ ਜਿਹੜੇ ਪੀਰਾਂ ਦੀ ਇਹ ਗੱਲ ਕਰਦੇ ਆ ਉਹਨਾਂ ਦੇ ਚੇਲੇ ਰਹੇ ਆ, ਨਾ ਡੀਸ਼ਾ ਦੇ ਜਾਂ ਲਾਡੀ ਸ਼ਾਹ ਜੋ ਵੀ ਮੈਨੂੰ ਨਹੀਂ ਪੂਰਾ ਪਤਾ, ਤੇ ਉਹਨਾਂ ਦੇ ਚੇਲੇ ਰਹੇ ਆ, ਉਹਨਾਂ ਦੇ ਡੇਰਿਆਂ ਨਾਲ ਜੁੜੇ ਰਹੇ ਆ, ਬਹੁਤ ਪੁਰਾਣੀਆਂ ਇਹੋ ਜਿਹੀਆਂ ਗੱਲਾਂ ਪੈਣਾ ਨਿਕਲਦੀਆਂ ਰਹੀਆਂ ਜਿਹੜੀਆਂ ਕਿ
एक बार कोई बॉम्बे दे विच भी कांड होया सी पर उदियां कटिंगां नहीं मिलदियां, थोड़ी जी करी अखबार की कटिंग भी आई सी, कोई जाली करंसी नाल भी गल छिड़ी सी इस डेरे की। सो यह भी असीं कह सकते हैं भी उन्होंने इस बार स्टेज दे उत्ते कुछ बोलिया ना, यह कुछ हुण सोशल मीडिया ज्यादा हो गया, जेब जेब च कैमरा हो गया, यह गल लोकां दा ही आ गई, छेती आ गई। पर गुरदास मान जदों दे स्टेज चलाउंदे आ उदों ते उन्हां दे चेले आ, उदों ते उन्हां दा गुणगान करदे आ, ओहदे लई उन्हां ने परपक्क होके इक गाणा भी गाया भी मैं तां भाई सारे किते जाणा, कोई बुराई दी गल नहीं, मैं खुद सिख धर्म नूं बिलोंग करदा, मैं सिख धर्म दे विच दी रहत मर्यादा नूं मानदा, मैं मूर्ति पूजा तों बहुत दूर हाँ, मैं इह चीजां करदा, पर ਨਾਲ ਮੈਂ ਆਪਦੇ ਜਿਹੜੇ ਮਿੱਤਰ ਪਿਆਰੇ ਆ ਮੈਂ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਕਰਦਾ। ਮੇਰੇ ਜਿਹੜੇ ਹਿੰਦੂ ਮਿੱਤਰ ਆ ਉਹ ਮੇਰੇ ਨਾਲ ਗੁਰੂ ਘਰ ਜਾਂਦੇ ਆ, ਲੰਗਰ ਕਰਾਉਂਦੇ ਆ, ਮੈਨੂੰ ਬੜੇ ਚੰਗੇ ਲੱਗਦੇ ਆ, ਤੇ ਜੇ ਕਿਤੇ ਉਹ ਮੰਦਰ ਦੀ ਜਾਂ ਜਗਰਾਤਾ ਰੱਖਦੇ ਆ ਤਾਂ ਮੈਨੂੰ ਮੂੰਹ ਮੱਥਾ ਰੱਖਣ ਲਈ ਮੈਂ ਜਾਣਾ ਉਹਨਾਂ ਦੇ, ਮੇਰਾ ਉੱਥੇ ਇਹ ਨਹੀਂ ਉਹਨਾਂ ਦੀ ਮੇਰੀ ਸਹਿਮਤੀ ਆ ਜਾਂ ਮੈਂ ਬੁੱਤ ਪੂਜਾ ਕਰਨ ਲੱਗ ਗਿਆ, ਸੋ ਇਹ ਨਹੀਂ ਹੈ ਤੇਰੀ ਗੱਲ। ਸੋ ਇਸ ਕਰਕੇ ਜਿਹੜਾ ਇੱਕ ਆਰਟਿਸਟ ਆ ਉਹ ਆਰਟਿਸਟ ਦਾ ਦਾਇਰਾ ਮੰਨ ਲੈਂਦੇ ਆ ਵੱਡਾ ਹੋ ਗਿਆ, ਸਭ ਲਈ ਉਹ ਸੋਚਦਾ, ਸਭ ਲਈ ਉਹ ਕਰਦਾ, ਇੱਕ ਅੱਡ ਚੀਜ਼ਾਂ। ਪਰ ਗੁਰਦਾਸ ਮਾਨ ਹੋਰਾਂ ਦੇ ਮਾਮਲੇ ਦੇ ਵਿੱਚ ਇਹ ਸਦਾ ਹੀ ਰਹੀ ਹੈ ਵੀ ਉਹ ਉਸ ਲਹਿਰ ਦੇ ਬੰਦੇ ਆ, ਉਸ ਲਹਿਰ ਨਾਲ ਜੁੜੇ ਆ, ਉਸ ਜਿਹੜੇ ਮਸਤਾਂ ਦੀ ਜੇ ਗੱਲ ਕੀਤੀ ਗਈ ਮਸਤਾਂ ਨਾਲ ਜੁੜਨ ਦੀ, ਤਾਂ ਮਸਤਾਂ ਦੇ ਝੁੰਡ ਦਾ ਇੱਕ ਹਿੱਸਾ ਰਹੇ ਆ ਡੇ ਵਨ, ਤੇ ਇਹ ਜਿਹੀਆਂ ਗੱਲਾਂ ਸਟੇਜਾਂ ਤੇ ਉਹ ਅਕਸਰ ਕਰਦੇ ਰਹੇ ਆ। ਹੁਣ ਆ ਗਈ ਸਾਹਮਣੇ, ਸਾਹਮਣੇ ਆ ਗਈ, ਹੁਣ ਲੋਕ ਜਵਾਬ ਦੇ ਮੰਗਦੇ ਆ, ਹੁਣ ਆ ਮੀਡੀਆ ਹਰ ਜੇਬ ਚ ਆ, ਹੁਣ ਉਹ ਜਵਾਬ ਮੰਗਦੇ ਆ। ਤੇ ਪਰ ਗੁਰਦਾਸ ਮਾਨ ਨੇ ਜਿਹੜੀ ਗਲਤੀ ਤੇ ਗਲਤੀ ਤੇ ਗਲਤੀ ਤੇ ਗਲਤੀ ਕਰਨ ਤੋਂ ਬਾਅਦ ਸਿੱਖਣ ਵਾਲੀ ਮੈਨੂੰ ਲੱਗੀ ਨੀ ਗੱਲ ਵੀ ਉਹਨਾਂ ਨੂੰ ਸਿੱਖਣਾ ਚਾਹੀਦਾ ਸੀ, ਵੈਸੇ ਅਸੀਂ ਉਹਨਾਂ ਤੋਂ ਉਮਰ ਚ ਵੀ ਛੋਟੇ ਆ, ਅਸੀਂ ਗੁਣਗਾਨ ਵੀ ਕਰਦੇ ਰਹੇ ਆ, ਮੈਂ ਵੀ ਲਿਖਿਆ ਉਹਨਾਂ ਬਾਰੇ ਚੰਗਾ ਲਿਖਿਆ ਜਦੋਂ ਚੰਗਾ ਟਾਈਮ ਸੀ, ਚੰਗੀ ਗੱਲ ਕੀਤੀ ਆ, ਮੈਂ ਚੰਗਾ ਲਿਖਿਆ। ਪਰ ਅੱਜ ਜੇ ਕੋਈ ਗੱਲ ਆਈ ਆ, ਮੈਂ ਬਾਰ ਬਾਰ ਹਰਜਿੰਦਰ ਸਿੰਘ ਦਾ ਸ਼ੋਅ ਸੁਣਿਆ ਜਿੱਥੋਂ ਗੁਰਦਾਸ ਮਾਨ ਨੇ ਪਹਿਲੀ ਗਲਤੀ ਕੀਤੀ, ਠੀਕ ਆ। ਹਰਜਿੰਦਰ ਸਿੰਘ ਹੋਰਾਂ ਦਾ ਬਹੁਤ ਵੱਡਾ ਨਾਂ, ਬਹੁਤ ਜੇ ਗੱਲ ਕਰੀਏ ਉਹ ਇੱਕ ਰੇਡੀਓ ਦੀ ਦੁਨੀਆ ਦੇ ਵਿੱਚ ਸਿਰਮੌਰ ਇੱਕ ਐਂਕਰ ਆ। ਮੈਨੂੰ ਇਹ ਲੱਗਿਆ ਸੀ ਪਹਿਲੀ ਗੱਲੇ ਜਦੋਂ ਮੈਂ ਕਟਿੰਗ ਸੁਣੀ, ਮੈਂ ਕਿਹਾ ਵੀ ਗੁਰਦਾਸ ਮਾਨ ਹੋਰਾਂ ਨੂੰ ਸਿੰਧ ਸਾਹਿਬ ਨੇ ਫਸਾ ਲਿਆ ਕਿਤੇ ਗੱਲਬਾਤ, ਪਰ ਸਿੰਧ ਸਾਹਿਬ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ, ਉਹ ਉਸ ਢੰਗ ਦੀ ਪੱਤਰਕਾਰਤਾ ਨਹੀਂ ਕਰਦੇ, ਉਹ ਬੜੀ ਸਾਫ਼ ਸੁਥਰੀ ਜੀ ਪੱਤਰਕਾਰਤਾ ਕਰਦੇ, ਉਹਨਾਂ ਦੀ ਮਾੜੀ ਮਨਸਾ ਵਾਲੀ ਪੱਤਰਕਾਰਤਾ ਨਹੀਂ ਕਰਦੇ, ਠੀਕ ਆ, ਵੀ ਕਿਸੇ ਨੂੰ ਫਸਾਉਣ ਵਾਲੀ। ਮੈਂ ਇੰਟਰਵਿਊ ਵਾਰ ਵਾਰ ਸੁਣੀ, ਉਸ ਇੰਟਰਵਿਊ ਚ ਬੜੇ ਸਾਦੇ ਸਵਾਲ ਹੋਏ ਆ, ਸਿੰਪਲ ਗੱਲ ਹੋਈ ਆ, ਜਿਹਦਾ ਜਵਾਬ ਜੇ ਮੈਥੋਂ ਵੀ ਮੰਗਿਆ ਜਾਂਦਾ ਤਾਂ ਮੈਂ ਉੱਥੇ ਇਹੀ ਗੱਲ ਕਹਿਣੀ ਸੀ ਵੀ ਮੈਂ ਭਾਈ ਪੰਜਾਬੀ ਮਾਂ ਬੋਲੀ ਮਾਂ ਦੇ ਘਰ ਕੁੱਖੋਂ ਪੈਦਾ ਹੋਇਆ, ਮੈਨੂੰ ਮੇਰੀ ਮਾਂ ਨੇ ਪੰਜਾਬੀ ਦੀ ਗੁੜਤੀ ਦਿੱਤੀ, ਮੈਂ 50-60 ਸਾਲਾਂ ਤੋਂ ਉਸ ਮਾਂ ਬੋਲੀ ਲਈ ਦਿਨ ਰਾਤ ਇੱਕ ਕੀਤਾ ਹੋਇਆ, ਸੋ ਮੇਰੇ ਲਈ ਉਹ ਸਿਰਮੌਰ ਆ। ਹਾਂ, ਮੈਂ ਹਿੰਦੀ ਦਾ ਵੀ ਸਤਿਕਾਰ ਕਰਦਾ, ਮੈਂ ਬੰਬੇ ਚ ਬੈਠਾ, ਮੈਂ ਦੁਨੀਆ ਚ ਮੈਨੂੰ ਸੁਣਿਆ ਜਾਂਦਾ, ਮੈਂ ਦੁਨੀਆ ਦੀ ਹਰ ਭਾਸ਼ਾ ਦਾ ਸਤਿਕਾਰ ਕਰਦਾ ਤੇ ਹਰ ਭਾਸ਼ਾ ਚਾਹੀਦੀ ਆ, ਕੋਈ ਬੁਰਾਈ ਨੀ, ਸਿੰਪਲ ਜੀ ਇੰਨੀ ਕੁ ਗੱਲ ਸੀ ਜਿਹਦਾ ਜਵਾਬ ਉਹ ਜਵਾਬ ਦਿੱਤਾ ਗਲਤ, ਫਿਰ ਉਹਨੂੰ ਅਗਲੀ ਗਲਤੀ ਸਟੇਜ ਤੇ ਕੀਤੀ, ਹੁਣ ਤੀਜੀ ਗਲਤੀ, ਹੋਰ ਵੀ ਇਸ ਦੌਰਾਨ 2-4 ਗਲਤੀਆਂ ਹੁੰਦੀਆਂ। ਪਰ ਜਦੋਂ ਬੰਦੇ ਦਾ ਮਾੜਾ ਟਾਈਮ ਹੁੰਦਾ ਨਾ, ਉਦੋਂ ਸਾਡੇ ਮਾਲ ਵਿੱਚ ਕਹਿੰਦੇ ਵੀ ਟਿੰਡਿਆਂ ਨਾਲ ਢੋਲਕੀ ਖੜਕਦੀ ਆ, ਦੋਨੋਂ ਟਿੰਡਿਆਂ ਨਾਲ ਢੋਲਕੀ ਜਿਹੜੀ ਗੁਰਦਾਸ ਮਾਨ ਹੋਰਾਂ ਦੀ ਖੜਕ ਰਹੀ ਆ, ਤੇ ਹਾਲੇ ਵੀ ਜਿਹੜੀ ਉਹਨਾਂ ਨੇ ਮਾਫ਼ੀ ਮੰਗੀ ਹੈ ਕਿ ਮੇਰੇ ਹਿਸਾਬ ਨਾਲ ਚੰਗਾ ਕੀਤਾ ਉਹਨਾਂ ਨੇ ਮੰਗ ਲਈ ਆ ਮਾਫ਼ੀ, ਪਰ ਇਹਦੇ ਦੂਜੇ ਪਹਿਲੂਆਂ ਤੋਂ ਵੀ ਸਾਨੂੰ ਕਿਤੇ ਮੁਨਕਰ ਨਹੀਂ ਹੋਣਾ ਚਾਹੀਦਾ, ਇਕੱਲਾ ਅਸੀਂ ਕਈ ਵਾਰੀ ਦੋਸ਼ ਪ੍ਰਦੋਸ਼ ਤੇ ਆ ਜਾਂਦੇ ਹਾਂ। ਧਰਮ ਇੱਕ ਨਿੱਜੀ ਮਸਲਾ, ਇਹ ਵੀ ਇੱਕ ਐਂਗਲ ਸਾਨੂੰ ਦੇਖ ਕੇ ਚੱਲਣਾ ਪਊਗਾ, ਜੇ ਅਸੀਂ ਗੱਲ ਕਰਦੇ ਹਾਂ ਹਰੇਕ ਬੰਦੇ ਨੂੰ ਆਜ਼ਾਦੀ ਦੀ ਗੱਲ ਕਰਦੇ ਹਾਂ, ਧਰਮ ਕਿਹਨੂੰ ਧਰਮ ਦੇ ਬਾਰੇ ਚ ਕਿਹਾ ਜਾਂਦਾ, ਧਰਮ ਬਾਏ ਚੋਇਸ, ਰਿਲੀਜਨ ਬਾਏ ਚੋਇਸ, ਜੇ ਉਹ ਤੁਹਾਡੇ ਜੇ ਮੈਟਰ ਨਹੀਂ ਕਰਦਾ, ਮੈਂ ਸਿੱਖ ਧਰਮ ਚ ਜੰਮਿਆ ਤੇ ਮੇਰੀ ਨਿੱਜੀ ਚੋਇਸ ਹੋ ਸਕਦੀ ਹੈ, ਮੈਂ ਕੋਈ ਹੋਰ ਧਰਮ ਵੱਲ ਜਾ ਸਕਦਾ, ਜੀ ਜੀ, ਪਰ ਸਾਡੇ ਕੀ ਆ, ਸਾਡੇ ਜੇ ਤਾਂ ਕੋਈ ਨਿੱਜੀ ਤੌਰ ਤੇ ਆਪਦੀ ਮਰਜ਼ੀ ਨਾਲ ਜਾਂਦਾ ਕੋਈ ਪ੍ਰੋਬਲਮ ਨਹੀਂ, ਸਾਡੇ ਹੁਣ ਤੱਕ ਧਰਮ ਦੇ ਮਾਮਲੇ ਚ ਵੰਡੀਆਂ ਤਾਂ ਪਈਆਂ ਵੀ ਕਦੇ ਮੁਸਲਮਾਨ ਵੜ ਵੜ ਸਿੱਖ ਬਣਾਉਂਦੇ ਰਹੇ, ਕਦੇ ਹਿੰਦੂ ਵੜ ਵੜ ਮੁਸਲਮਾਨ ਬਣਾਇਆ ਜਾਂਦਾ ਰਿਹਾ, ਉਹ ਚੀਜ਼ਾਂ ਕਰਕੇ ਗੱਲਾਂ ਬਣ ਗਈਆਂ। ਸੋ ਅਸਲ ਮਾਇਨੇ ਚ ਤਾਂ ਜੇ ਗੱਲ ਦੇਖੀਏ ਆਪਾਂ ਪੂਰੇ ਉੱਚੇ ਲੈਵਲ ਤੇ ਉੱਠ ਕੇ ਸੋਚੀਏ ਤਾਂ ਅਸੀਂ ਕੌਣ ਹੁੰਦੇ ਹਾਂ ਗੁਰਦਾਸ ਮਾਨ ਤੇ ਕਿੰਤੂ ਪ੍ਰੰਤੂ ਕਰਨ ਵਾਲੇ, ਉਹ ਧਰਮ ਉਹਦਾ ਨਿੱਜੀ ਮਸਲਾ, ਆ ਸਾਡਾ ਕਿੰਤੂ ਪ੍ਰੰਤੂ ਇਸ ਗੱਲ ਤੇ ਆ ਵੀ ਜੇ ਮੰਨ ਲਈਏ ਭੱਲੇ ਆ, ਉਹ ਭੱਲਿਆਂ ਤੋਂ ਬਾਅਦ ਚ ਗੱਲ ਕਲੀਅਰ ਕਰਤੀ ਵੀ ਗੁਰੂ ਅਮਰਦਾਸ ਜੀ ਵੀ ਭੱਲੇ ਫੈਮਿਲੀ ਚੋਂ ਆ ਤੇ ਉਹ ਵੀ ਭੱਲੇ ਆ, ਉਸ ਤੋਂ ਬਾਅਦ ਕੱਲ ਵੀ ਕੋਈ ਫੈਮਿਲੀ ਚ ਆਈ, ਤਾਂ ਇਹਦਾ ਮਤਲਬ ਅਸੀਂ ਉਹਨੂੰ ਉਸ ਦੇ ਬਰਾਬਰ ਦਾ ਸਤਿਕਾਰ ਕਿਵੇਂ ਦੇ ਸਕਦੇ ਹਾਂ। ਹੁਣ ਅਸੀਂ ਅਸੀਂ ਦੋ ਬਰਾੜਾਂ ਦੀ ਗੱਲ ਕਰਦੇ ਹਾਂ, 84 ਵੇਲੇ ਦੋ ਬਰਾੜ ਫੇਮਸ ਹੋਏ, ਇੱਕ ਬਰਾੜ ਨੇ ਸਾਰਾ ਕੌਮ ਦਾ ਬੀੜਾ ਚੁੱਕਿਆ, ਦੂਜੇ ਬਰਾੜ ਨੇ ਉਸਦੇ ਉੱਤੇ ਅਟੈਕ ਕੀਤਾ, ਤਾਂ ਫਿਰ ਉਹ ਇਹ ਤਾਂ ਕੋਈ ਬਮਾਨਾ ਨੀ ਨਾ ਹੋ ਗਿਆ, ਇਹ ਤਾਂ ਬਮਾਨਾ ਗੁਰੂ ਨਾਨਕ ਦੇਵ ਜੀ ਨੇ ਆਪਦੇ ਘਰੇ ਉਦਾਹਰਨ ਦਿੱਤੀ, ਗੁਰੂ ਨਾਨਕ ਦੇਵ ਜੀ ਨੇ ਜੋ ਲੀਹ ਚਲਾਈ ਜੋ ਕੁਛ ਕੀਤਾ, ਸ੍ਰੀ ਚੰਦ ਹੋਰਾਂ ਨੇ ਨਹੀਂ ਮੰਨੀ, ਉਹ ਕਿਸੇ ਪਾਸੇ ਹੋਰ ਚੱਲੇ, ਉਹਨਾਂ ਨੇ ਅੱਡਾ ਆਪਦਾ ਚਲਾਇਆ ਤੇ ਅੱਜ ਤੁਸੀਂ ਦੇਖ ਲਓ ਕਿਵੇਂ ਫੋਲੋਰਾਂ ਤੇ ਕਿਸ ਚੀਜ਼ ਦਾ। ਸੋ ਇਸ ਕਰਕੇ ਸਾਨੂੰ ਵਿਸ਼ਾਲਤਾ ਨਾਲ ਜਿਹੜੀ ਗੱਲ ਸੋਚਣੀ ਪੈਣੀ ਆ ਉਹ ਇਹ ਵੀ ਆ
ਵੀ ਜੇ ਉਹਨੂੰ ਇਹ ਸੋਚਣਾ ਚਾਹੀਦਾ ਸੀ ਵੀ ਜੇ ਕੱਲਾ ਗੋਤ ਮੰਗਰ ਲਾਉਣ ਦੀਆਂ ਗੱਲਾਂ ਜਿਹੜੀਆਂ ਕਿ ਹਾਲਾਂਕਿ ਸਿੱਖਿਜਮ ਚ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਮੁਕਾ ਹੀ ਦਿੱਤੀਆਂ, ਉਹ ਤਾਂ ਗੱਲ ਹੀ ਮੁੱਕੀ। ਠੀਕ ਆ ਵੀ ਕੌਣ ਬਰਾੜ ਆ ਕੌਣ ਭੱਲਾ ਤੇ ਕੌਣ ਸਿੱਧੂ ਆ, ਡਜ਼ਨਟ ਮੈਟਰ, ਇਹਦਾ ਮੈਟਰ ਹੀ ਖਤਮ ਹੋ ਗਿਆ ਤੋਂ ਬਾਅਦ। ਪਰ ਜੇ ਮੰਨ ਲਈਏ ਵੀ ਜੇ ਤੁਸੀਂ ਇਹ ਪੈਮਾਨਾ ਤਾਂ ਇਹ ਪੈਮਾਨੇ ਨਾਲ ਤਾਂ ਫਿਰ ਜੇ ਕਿਸੇ ਇੱਕ ਕੌਮ ਦਾ ਬੰਦਾ ਬਹੁਤ ਵਧੀਆ ਬਣ ਗਿਆ ਜਾਂ ਉਹ ਸਿਰਾ ਪਹੁੰਚ ਗਿਆ, ਡੀਸੀ ਪਹੁੰਚ ਗਿਆ, ਬਾਕੀਆਂ ਨੂੰ ਤਾਂ ਫਿਰ ਬਾਕੀ ਤਾਂ ਠੱਗੀਆਂ ਮਾਰੀ ਜਾਓ, ਚੋਰੀਆਂ ਕਰੀ ਜਾਓ, ਲੁੱਟੀ ਜਾਓ, ਕਿਉਂਕਿ ਮੋਹਰ ਤਾਂ ਫਿਰ ਤੁਸੀਂ ਉਹ ਆ ਨਾ, ਤੁਸੀਂ ਖਾਨਦਾਨ ਹੋ। ਸੋ ਏਦਾਂ ਦੇ ਕੋਈ ਪੈਮਾਨੇ ਨਹੀਂ ਹੈ। ਸਾਨੂੰ ਸਾਰਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਸੋਚਣੀਆਂ ਚਾਹੀਦੀਆਂ। ਦੂਜੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਮੇਰੀ ਗੱਲ ਦਾ ਸੋਚਦਾ ਮੈਂ ਜਿਹੜੀ ਤੁਹਾਨੂੰ ਕਹਿਣਾ ਚਾਹਾਂਗਾ ਜਾਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਉਹ ਇਹ ਆ ਵੀ ਮੁੱਦੇ ਹੋਰ ਬਹੁਤ ਆ ਜੀਵਨ ਦੇ, ਇਨਸਾਨੀਅਤ ਦੀਆਂ ਗੱਲਾਂ ਹੋਰ ਬਹੁਤ ਆ, ਸਾਡੇ ਭਵਿੱਖ, ਸਾਡਾ ਆਉਣ ਵਾਲੇ ਫਿਊਚਰ ਦੀ ਬੱਚਿਆਂ ਨੂੰ ਸਾਂਭਣ ਦੀਆਂ, ਆਪਦੇ ਆਪਦੇ ਆਲੇ ਦੁਆਲੇ ਨੂੰ ਸਾਂਭਣ ਦੀਆਂ ਹੋਰ ਬਹੁਤ ਫਿਕਰ ਆ, ਜਿਹੜੇ ਕਿ ਅਸੀਂ ਸਿਆਸੀ ਲੋਕਾਂ ਨੂੰ ਪੁੱਛ ਸਕਦੇ ਹਾਂ ਜਾਂ ਸਿਆਸੀ ਤੌਰ ਤੇ ਬਦਲ ਸਕਦੇ ਹਾਂ। ਅਸੀਂ ਕਿਉਂ ਨਿੱਕੀਆਂ ਨਿੱਕੀਆਂ ਗੱਲਾਂ 'ਚ, ਇਹਨਾਂ ਦੀਆਂ ਗੱਲਾਂ 'ਚ ਪੈ ਕੇ ਇੱਕ ਗੁਰਦਾਸਮਾਨ ਨੂੰ ਅੱਜ ਸਾਡਾ ਹਿਰਦਾ ਕੰਮ ਬਲੂੰਦਰਾ ਗਿਆ, ਕਿਉਂਕਿ ਅਸੀਂ ਉਹਨੂੰ ਰੱਬ ਦਾ ਦਰਜਾ ਦਿੱਤਾ। ਉਹ ਇਨਸਾਨ ਆ, ਉਹ ਇੱਕ ਗਾਇਕ ਆ, ਇੰਟਰਟੇਨਰ ਆ, ਉਹਦਾ ਅੱਗੋਂ ਖਾੜੇ ਲਾਉਂਦਾ, ਪੈਸੇ ਲੈਂਦਾ, ਜੱਜ ਕੇ ਉਹਨੇ ਪੈਸੇ ਦੇ ਆ, ਅਸੀਂ ਉਹਦਾ ਇੰਟਰਟੇਨ ਕਰਿਆ, ਅਸੀਂ ਇੰਟਰਟੇਨ ਕਰੀਏ, ਅਸੀਂ ਉਹਦੀਆਂ ਗੱਲਾਂ ਨੂੰ ਇਹ ਕਿਉਂ ਕਰਦੇ ਹਾਂ ਵੀ ਉਹਨੇ ਜਿਹੜੀ ਗੱਲ ਕਹਿਤੀ ਤੇ ਉਹ ਬਸ ਉਦੋਂ ਤਾਂ ਗੱਲ ਹੀ ਖਤਮ ਹੋ ਗਈ, ਉਦੋਂ ਤਾਂ ਸਿਰੇ ਹੀ ਕੋਈ ਨਹੀਂ ਹੈਗਾ ਜਾਂ ਉਦੋਂ ਤਾਂ ਥੱਲੇ ਹੀ ਕੋਈ ਨਹੀਂ ਆ। ਸੋ ਅਸੀਂ ਆਪਣੇ ਉਹਨੂੰ ਰੱਬ ਬਣਾ ਰਿਹਾ, ਆਪ ਹੀ ਅਸੀਂ ਉਹਨੂੰ ਡੇਗ ਰਹੇ ਹਾਂ। ਸੋ ਬੈਸਟ ਆਈਡੀਆ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਰਿਮਰਾਂ ਨੂੰ ਛੱਡ ਕੇ ਆਓ, ਅਸੀਂ ਇੱਕ ਚੰਗੇ ਭਵਿੱਖ ਵੱਲ ਸਿਰਜੀਏ, ਪੋਜ਼ਿਟਿਵ ਸੋਚ ਨਾਲ ਅੱਗੇ ਜਾਈਏ। ਜਿੰਨਾ ਕੁ ਟਾਈਮ ਜੇ ਲਾਉਣਾ ਹੁੰਦਾ ਨਾ ਇਹਨਾਂ ਗੱਲਾਂ ਤੇ, ਆ ਪਿੱਛੇ ਜੇ ਹਰਦੀਪ ਗਰੇਵਾਲ ਹੋਣਾਂ ਦੀ ਕਿੱਡੀ ਸੋਹਣੀ ਮੂਵੀ ਆਈ ਆ, ਉਹਦਾ ਜ਼ਿਕਰ ਕਰੋ, ਉਹ ਮੁੰਡਾ ਕਿੱਡੇ ਸੋਹਣੇ ਗਾਣੇ ਗਾਉਂਦਾ। ਮੈਂ 10 ਵਾਰੀ ਅੱਜ ਤੋਂ 2 ਸਾਲ 4 ਸਾਲ ਦੇ ਉਹਨਾਂ ਦੇ ਗਾਣੇ ਸ਼ੇਅਰ ਕੀਤੇ ਤੇ ਕਿਸੇ ਨੇ ਗਾਣਿਆਂ ਨੂੰ ਉਹਨਾਂ ਨੂੰ ਉਹਨੂੰ ਰਿਸਪੌਂਸ ਨਹੀਂ ਦਿੱਤਾ। ਹੁਣ ਜਾ ਕੇ ਉਸ ਬੰਦੇ ਦੀ ਗੁੱਡੀ ਗੱਡੀ ਜਿਹੜੀ ਰਾਹ ਚੜੀ ਆ, ਤਾਂ ਉਹਨਾਂ ਤੇ ਗੱਲ ਕਰੋ ਜੇ ਕਰਨੀ ਆ ਤਾਂ ਅਸੀਂ ਪੋਜ਼ਿਟਿਵ ਗੱਲਾਂ ਦੀ, ਪਰ ਨਹੀਂ ਕਰਦੇ, ਨੈਗੇਟਿਵ ਨੂੰ ਬੜੀ ਛੇਤੀ ਲੈਂਦੇ ਆ। ਸੋ ਕਿਤੇ ਨਾ ਕਿਤੇ ਸਾਡਾ ਵੀ ਕਸੂਰ। ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਬਰਾੜ ਸਾਹਿਬ, ਮਿਲਦੇ ਹਾਂ ਜੀ ਅਗਲੇ ਹਫਤੇ। ਥੈਂਕ ਯੂ ਜੀ, ਮਿਹਰਬਾਨੀ। ਸਮਾਂ ਹੋ ਚੱਲਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਧੰਨਵਾਦ।